ਰਾਤੀ ਇਹਨਾਂ 12 ਵਜੇ ਅੱਗ ਲਾਈ ਜੇ ਇਹਨਾਂ ਮੁੰਡਿਆਂ ਨੇ। ਇੱਕ ਦੇ ਪਹਿਲੋਂ ਲੜੇ ਜੇ, ਇਹ ਮੋਟਰਸਾਈਕਲ ਤੇ ਆਉਣ ਦਿਆ। ਅੱਜ ਤੁਹਾਨੂੰ ਮੈਂ ਗੱਲ ਦਾ ਕਿਸੇ ਦੀ ਲੜਾਈ ਹੋਣ ਦੀ ਕਹਿੰਦਾ ਭਰਾ ਜੋ, ਇਹ ਲਖਨ ਹੋਣੀ ਜੇ, ਇੱਕ ਛੈਂਦੀ ਜੇ, ਇੱਕ ਕ੍ਰੇਸ਼, ਹੋਰ ਮੁੰਡੇ ਇਹਨਾਂ ਦੇ ਨਾਲ 15-16 ਜੇ ਮੁੰਡੇ ਚ ਬਹੁਤ ਜ਼ਿਆਦੇ। ਆਹ ਗੱਡੀ ਆਪਣੀ ਚ ਅੱਗ ਲਾਈ ਜੇ ਸਾਰੀ, ਇੱਕ ਮੋਟਰਸਾਈਕਲ ਭੰਨਿਆ ਜੇ, ਉਹ ਬਾਬੇ ਦੀ ਬਾਂਹ ਤੋੜੀ ਜੇ, ਆਪਾਂ ਨੀ ਕੋਈ ਆਏ ਦਿੱਤੀ ਇਹਨਾਂ ਉਂਝ ਲਿਖ ਕੇ ਰਾਤੀ ਖੜਿਆ ਜੇ। ਹੁਣ ਲੜਾਈ ਆ, ਰਾਤੀ ਲੜਾਏ ਸੀ, ਅੱਜ ਇੱਕ ਦਿਕਰ ਕੋਈ ਨੀ। ਇਹ ਕਾਰਨ ਇਹਨਾਂ ਬੱਚਿਆਂ ਦੀ ਲੜਾਈ ਹੋਈ ਜੀ। ਮੈਨੂੰ ਉਹ ਮੁੰਡੇ ਆਏ ਬਦਮਾਸ਼, ਕਹਿੰਦੇ ਆਵਾਜ਼ ਦਿੱਤੀ ਅੰਦਰੋਂ ਉਠਾਇਆ, ਕਹਿੰਦੇ ਬਾਬਾ ਜੀ ਤੁਹਾਡੇ ਨਾਲ ਇਹ ਬੱਚੇ ਆ, ਭਤੀਜੇ ਆ, ਇਹਨਾਂ ਨੇ ਲੜੇ ਆ ਸਾਡੇ ਨਾਲ, ਤੇ ਹੁਣ ਦੱਸੋ ਤੁਹਾਨੂੰ ਵੱਢੀਏ ਤੇ ਕੀ ਕਰੀਏ। ਮੈਂ ਕਿਹਾ ਵੀ ਤੁਸੀਂ ਜੋ ਮਰਜ਼ੀ ਕਰ ਲਓ, ਉਹਨਾਂ ਮੇਰੀ ਡਾਂਗ ਮਾਰ ਕੇ, ਸੈਂਟੀ ਨੇ ਤੇ ਲਖਨ ਨੇ ਤੇ ਬਾਬੇ ਨੇ ਮੇਰੀ ਬਾਂਹ ਤੋੜ ਦਿੱਤੀ। ਹੋਰ ਨਿਸ਼ਕਾਣਾ, ਮੇਰੇ ਭਰਾ ਦੀ ਗੱਡੀ ਨੂੰ ਅੱਗ ਲਾ ਦਿੱਤੀ, ਇਹਨਾਂ ਦੇ ਘਰ ਜਾ ਕੇ ਮੋਟਰਸਾਈਕਲ ਤੋੜੇ, ਆਹ ਮੀਟਰਾਂ ਦੇ ਬੱਤੀਆਂ ਨੂੰ ਅੱਗ ਲਾ ਦਿੱਤੀ। ਝਗੜਾ ਇਸ ਗੱਲ ਦਾ ਵੀ ਬੱਚੇ ਮੋਟਰਸਾਈਕਲ ਤੇ ਜਾ ਰਹੇ ਸੀ ਤੇ ਉਹਨਾਂ ਮੋਟਰਸਾਈਕਲ ਲੰਘਾਇਆ ਤੇ ਉਹ ਕਹਿੰਦੇ ਵੀ ਇਹ ਤੂੰ ਕਿਉਂ ਤੇਜ਼ ਲੰਘਾਇਆ। ਕਹਿੰਦੇ ਵੀ ਭਾਜੀ ਚਲੋ ਗਲਤੀ ਹੋ ਗਈ, ਉਹ ਮੁੰਡਾ ਜਿਹੜਾ ਲਖਣ ਸੀ ਬਦਮਾਸ਼ ਸੀ ਤੇ ਉਹ ਸ਼ਰਾਬ ਵੇਚਦਾ, ਨਾਲੇ ਉਹ ਗਾਂਜਾ ਵੇਚਦਾ ਜਿਹਨੂੰ ਗਾਂਜਾ ਕਹਿੰਦੇ ਸ਼ਰਾਬ। ਹਾਂਜੀ, ਤੇ ਉਹ ਇੱਥੇ ਆਣ ਕੇ ਤੇ ਵੇਚਦਾ ਤੇ ਉਹ ਸਾਨੂੰ ਪਏ ਆਣ ਕੇ ਰਾਤ, ਉਹ ਮੁੰਡੇ ਨੂੰ ਪਹਿਲੋਂ ਉਹਨਾਂ ਨੇ ਕੁੱਟਿਆ। ਉਹਦੇ 'ਚ ਦੋ ਤਰ੍ਹਾਂ ਦਾ ਆਪਸੀ, ਲਖਨ ਅਤੇ ਮਨਿੰਦਰ ਸਿੰਘ ਹੋਰਾਂ ਦਾ ਆਪਸੀ ਝਗੜਾ ਹੋਇਆ ਸੀ ਰਾਤ, ਲੋਹੜੀ ਦੇ ਸੰਬੰਧ 'ਚ ਨਸ਼ਾ ਵਗੈਰਾ ਕੀਤਾ ਹੋਊਗਾ ਤੇ ਲੜ ਪਏ ਸੀ ਆਪਸ ਵਿੱਚ। ਉਹ ਦੋਨਾਂ ਤਰ੍ਹਾਂ ਦੀਆਂ ਸੱਟਾਂ ਲੱਗੀਆਂ, ਦੋਨਾਂ ਤਰ੍ਹਾਂ ਨੂੰ ਜਿਹੜੇ ਡਾਕਟਰ ਦੇ ਦਿੱਤੇ ਆ, ਜੋ ਮੈਡੀਕਲ ਰਿਪੋਰਟ ਆਏਗੀ ਉਸ ਅਨੁਸਾਰ ਜਿਹੜਾ ਤਸਦੀਕ ਕਰਕੇ ਜਿਹੜੀ ਅਗਲੀ ਕਾਰਵਾਈ ਕੀਤੀ ਜਾਏਗੀ। ਅਤੇ ਉੱਥੇ ਪਤਾ ਲੱਗਾ ਵੀ ਜਿਹੜਾ ਉਹ ਜਿਹੜਾ ਮਨਿੰਦਰ ਹੋਰਾਂ ਦਾ ਇੱਕ ਜਿਹੜਾ ਆਟੋ, ਉਹਨੂੰ ਵੀ ਆਟੋ ਨਹੀਂ ਛੋਟਾ ਹਾਥੀ, ਉਹਨੂੰ ਵੀ ਅੱਗ ਲੱਗੀ, ਜਿਹੜੀ ਅੱਗ ਲੱਗੀ ਕੁਛ ਉਹਦਾ ਹਿੱਸਾ ਸੜਿਆ ਸੀ। ਅਤੇ ਉਹ ਜੋ ਤਸਦੀਕ ਕਰਕੇ ਜੋ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਉਹ ਕੀਤੀ ਜਾਵੇਗੀ।